ਆਮ ਆਦਮੀ ਪਾਰਟੀ ਦੇ ਸਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਅਵਾਰਾ ਪਸ਼ੂਆਂ ਦੀ ਵਧਦੀ ਸਮੱਸਿਆ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ। ਚਿੱਠੀ 'ਚ ਅਮਨ ਅਰੋੜਾ ਨੇ ਅਮਰੀਕੀ ਗਾਵਾਂ ਦੇ ਕਾਰਨ ਵੱਧ ਰਹੇ ਸੜਕ ਹਾਦਸਿਆਂ ਦੇ ਵੱਲ ਧਿਆਨ ਦਵਾਇਆ, ਨਾਲ ਹੀ ਦੱਸਿਆ ਕਿ ਅਵਾਰਾ ਅਮਰੀਕੀ ਗਾਵਾਂ ਦੇ ਕਾਰਨ ਫਸਲਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ। ਉਹਨਾਂ ਨੇ ਇਸ ਸਮੱਸਿਆ ਦਾ ਹੱਲ ਕਰਨ ਦੀ ਮੰਗ ਕਰਦੇ ਹੋਏ ਦੇਸੀ ਗਾਵਾਂ ਦੀ ਸੰਭਾਲ ਕੀਤੇ ਜਾਣ ਦੀ ਵੀ ਗੁਜ਼ਾਰਿਸ਼ ਕੀਤੀ ਹੈ, ਜਿਸ ਨਾਲ ਹਿੰਦੂਆਂ ਦੀਆਂ ਧਾਰਮਿਕ ਭਾਵਨਾ ਜੁੜੀਆਂ ਹੋਈਆਂ ਨੇ। ਦੇਖੋ, ਮੈਂ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਚਿੱਠੀ ਲਿਖੀ ਹੈ, ਜਿਸ ਦੇ ਵਿੱਚ ਮੈਂ ਕਿਹਾ ਕਿ ਸਮਾਂ ਆ ਗਿਆ ਹੈ ਜਦ ਦੇਸੀ ਪੂਜਣਯੋਗ ਗਾਂ ਹੈ ਜਿਹੜੀ ਉਹਦੇ ਵਿੱਚ ਔਰ ਜਿਹੜੀ ਅਮਰੀਕੀ ਢੱਠੇ ਜਿਹੜੇ ਸੜਕਾਂ 'ਤੇ ਅੱਜ ਮੌਤ ਬਣ ਕੇ ਫਿਰ ਰਹੇ ਨੇ ਉਹਨਾਂ ਦੇ ਵਿੱਚ ਫਰਕ ਪਛਾਣਨ ਦੀ ਲੋੜ ਹੈ। ਦੇਸੀ ਗਾਂ ਨੂੰ ਸੰਭਾਲੋ ਅਤੇ ਜਿਹੜੇ ਅਮਰੀਕੀ ਢੱਠੇ ਨੇ ਉਹਨਾਂ ਦਾ, ਕਿਉਂਕਿ ਸਾਡੇ ਹਿੰਦੂ ਧਰਮ ਦੇ ਨਾਲ ਕੋਈ ਲਿੰਕ ਨਹੀਂ ਹੈਗਾ। ਅਵਾਰਾ ਪਸ਼ੂਆਂ ਦੇ ਸਥਾਈ ਹੱਲ ਦੀ ਮੰਗ ਦੇ ਸੰਬੰਧ 'ਚ ਅਮਨ ਅਰੋੜਾ ਨੇ ਵਿਧਾਨ ਸਭਾ 'ਚ ਪ੍ਰਾਈਵੇਟ ਮੈਂਬਰ ਬਿੱਲ ਲਿਆਉਣ ਦੀ ਵੀ ਗੱਲ ਕਹੀ ਹੈ। ਨੂੰ ਕੁਝ ਕਾਨੂੰਨ ਦੇ ਵਿੱਚ ਸੋਧਾਂ ਕਰਨੀਆਂ ਪੈਣਗੀਆਂ ਜੇ ਸਰਕਾਰ ਨੂੰ ਲੱਗਦਾ, ਕਾਂਗਰਸ ਪਾਰਟੀ ਨੂੰ ਲੱਗਦਾ ਕਿ ਉਹਨਾਂ ਦਾ ਕੋਈ ਸਿਆਸੀ ਵੋਟਾਂ ਦਾ ਨੁਕਸਾਨ ਨਾ ਹੋ ਜੇ। ਅਤੇ ਮੈਂ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਖੁਦ ਆਪ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਊਂਗਾ ਇਹਦੇ ਬਾਰੇ, ਅਤੇ ਮੈਂ ਉਮੀਦ ਕਰਦਾ ਕਿ ਕੈਪਟਨ ਅਮਰਿੰਦਰ ਸਿੰਘ ਔਰ ਕਾਂਗਰਸ ਪਾਰਟੀ, ਪੰਜਾਬ ਸਰਕਾਰ ਲੋਕਾਂ ਦੀਆਂ ਜਾਨਾਂ ਅਤੇ ਫਸਲਾਂ ਜਾਨੀ ਮਾਲੀ ਨੁਕਸਾਨ ਨੂੰ ਬਚਾਉਣ ਦੇ ਲਈ ਮੇਰੀ ਸਪੋਰਟ ਕਰੇਗੀ। ਇਹ ਮੈਂ ਚਿੱਠੀ ਅੱਜ ਕੈਪਟਨ ਅਮਰਿੰਦਰ ਸਿੰਘ ਜੀ ਨੂੰ। ਅਰੋੜਾ ਦੀ ਦਲੀਲ ਹੈ ਕਿ ਅਮਰੀਕੀ ਗਾਵਾਂ ਦੇ ਮੁਕਾਬਲੇ ਦੇਸੀ ਗਾਵਾਂ ਜ਼ਿਆਦਾ ਫਾਇਦੇਮੰਦ ਹੁੰਦੀਆਂ ਨੇ, ਇਸ ਲਈ ਉਹਨਾਂ ਨੂੰ ਵਧਾਵਾ ਦੇਣਾ ਚਾਹੀਦਾ ਹੈ। ਚੰਡੀਗੜ੍ਹ ਤੋਂ ਲਲੀ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ, ਸੀ ਮੀਡੀਆ।